ਵਾਹਿਗੁਰੂ ਸਾਹਿਬ ਜੀ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਦਪ ਸਹੋਦਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਆਪਾਂ ਨੂੰ ਲੜੀਵਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅਮਰ ਕਥਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਰੀਆਂ ਸੰਗਤਾਂ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ, ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਹੇ ਭਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮਾਤਾ ਦੀ ਨਿਆਈ ਹਨ। ਜਿਵੇਂ ਮਾਤਾ ਬੱਚੇ ਦੀ ਪਾਲਣਾ ਕਰਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਿੱਖ ਦੀ ਪਾਲਣਾ ਕਰਦੇ ਹਨ। ਜਿਵੇਂ ਮਾਤਾ ਬੱਚੇ ਦੀ ਪਾਲਣਾ ਕਰਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਿੱਖ ਦੀ ਪਾਲਣਾ ਆਪਣੇ ਦੁੱਧ ਦੇ ਚਸ਼ਮਿਆਂ ਤੋਂ ਅੰਮ੍ਰਿਤ ਦਿੰਦੀ ਹੈ। ਮਹਾਰਾਜ ਹਿਰਦੇ 'ਚ ਨਾਮ ਰੂਪੀ ਦਾਨ ਦਿੰਦੇ ਹਨ, ਬ੍ਰਹਮਾਨੰਦ ਰੂਪੀ ਦੁੱਧ ਦਿੰਦੇ ਹਨ। ਅਤੇ ਜਿਵੇਂ ਦੁਨਿਆਵੀ ਪਿਤਾ ਦੀ ਜਾਇਦਾਦ ਦਾ ਮਾਲਕ ਪੁੱਤਰ ਹੁੰਦਾ ਹੈ, ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਪਿਤਾ ਦੀ ਨਿਆਈ ਹਨ। ਜਿਸ ਪ੍ਰਕਾਰ ਬੱਚੇ ਦੀ ਪਾਲਣਾ ਮਾਤਾ ਕਰਦੀ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਗੁਣਾਂ ਦੀ ਪਾਲਣਾ ਕਰਨ ਵਾਲੇ ਹਨ। ਗੁਰਦੇਵ ਸੁਆਮੀ ਪਰਮੇਸ਼ਵਰਾ ਸਤਿਗੁਰੂ ਨਾਨਕ ਦੇਵ ਜੀ ਮਾਲਕ ਪਰਮੇਸ਼ਰ ਦਾ ਰੂਪ ਹਨ। ਇਸ ਪ੍ਰਕਾਰ ਕਾਰਜ ਰੂਪ ਈਸ਼ਰ ਪੰਜ ਮੰਨੇ ਹਨ, ਸ਼ਕਤੀ ਗਣੇਸ਼ ਸੂਰਜ ਵਿਸ਼ਨੂੰ ਸ਼ਿਵ, ਇਹਨਾਂ ਪੰਜਾਂ ਤੋਂ ਵੱਡੇ ਪਰਮੇਸ਼ਰ ਹਨ। ਇਹ ਈਸ਼ਰ ਹਨ ਪਰਮ ਵੱਡਾ ਈਸ਼ਰ, ਇਹਨਾਂ ਈਸ਼ਰਾਂ ਦਾ ਵੀ ਮਾਲਕ ਹੈ। ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਦਪ ਸਹੋਦਰਾ। ਸਤਿਗੁਰੂ ਨਾਨਕ ਦੇਵ ਜੀ ਪਿਆਰੇ ਹਨ, ਭਾਵ ਸਤਿਗੁਰੂ ਸਾਹਿਬ ਜੀ ਐਸੇ ਪਿਆਰੇ ਹਨ ਜੋ ਅਗਿਆਨ ਅਤੇ ਦੁੱਖਾਂ ਨੂੰ ਭੰਨਣ ਵਾਲੇ ਹਨ। ਗੁਰਦੇਵ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀਆਂ ਦੀ ਨਿਆਈ ਹਨ। ਜਿਵੇਂ ਸਾਕ ਸੰਬੰਧੀ ਹੁੰਦੇ ਹਨ ਇਸੇ ਪ੍ਰਕਾਰ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲੇ ਸੰਬੰਧੀ ਕੈਸੇ ਹਨ? ਸਕੇ ਭਰਾ ਇੱਕੋ ਪੇਟ ਵਿੱਚੋਂ ਜਨਮੇ ਭਰਾ ਦੀ ਨਿਆਈ ਹਨ। ਜਿਸ ਉਦੇਸ਼ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣੇ ਆਨੰਦ ਨੂੰ ਪ੍ਰਾਪਤ ਕੀਤਾ ਉਹ ਹੀ ਸ਼ਬਦ ਸਾਨੂੰ ਬਖਸ਼ਿਆ ਹੈ। ਗੁਰਦੇਵ ਮਾਤਾ ਹਰਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ। ਗੁਰੂ ਨਾਨਕ ਦੇਵ ਜੀ ਸਾਰਿਆਂ ਪਦਾਰਥਾਂ ਨੂੰ ਦੇਣ ਵਾਲੇ ਦਾਤੇ ਹਨ ਅਤੇ ਪਰਮੇਸ਼ਵਰ ਦੇ ਨਾਮ ਦਾ ਉਪਦੇਸ਼ ਦੇਣ ਵਾਲੇ ਹਨ ਜੋ ਗੁਰਾਂ ਤੋਂ ਬਗੈਰ ਕਿਸੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਦਾ ਵਾਹਿਗੁਰੂ ਮੰਤਰ ਸੰਸਾਰ ਤੋਂ ਵਿਸ਼ੇਸ਼ ਕਰਕੇ ਉਧਾਰ ਕਰਨ ਵਾਲਾ ਹੈ। ਗੁਰੂ ਨਾਨਕ ਦੇਵ ਜੀ ਦਾ ਮੰਤਰ ਇੰਦਰੀਆਂ ਨੂੰ ਦਮਨ ਕਰਨ ਵਾਲਾ ਹੈ। ਜੈਸਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ 13ਵੀਂ ਵਾਰ ਦੇ ਵਿੱਚ ਦੂਜੀ ਪੌੜੀ ਦੇ ਵਿੱਚ ਕੁਝ ਇੰਝ ਪ੍ਰਮਾਣ ਬਖਸ਼ਦੇ ਹਨ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ। ਗੁਰੂ ਨਾਨਕ ਦੇਵ ਜੀ ਸ਼ਾਂਤੀ ਸਰੂਪ ਹਨ, ਤ੍ਰੈਕਾਲ ਅਬਾਦ ਭਾਵ ਸਤ ਸਰੂਪ ਹਨ, ਬੋਧ ਸਰੂਪ ਗਿਆਨ ਸਰੂਪ ਹਨ। ਜੈਸਾ ਕਿ ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲੀਐ ਹਮ ਕਉ ਸ਼ਾਂਤ ਆਈ। ਇਹ ਪ੍ਰਮਾਣ ਦੇ ਕੇ ਸਮਝਾਉਂਦੇ ਹਨ ਅੰਗ ਨੰਬਰ 594 'ਤੇ ਪ੍ਰਮਾਣ ਬਖਸ਼ਦੇ ਹਨ। ਗੁਰੂ ਨਾਨਕ ਦੇਵ ਜੀ ਪਾਰਸ ਦੇ ਪਰਸਨ ਤੋਂ ਵੀ ਪਰੇ ਹਨ, ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ। ਗੁਰੂ ਸਾਹਿਬ ਜੀ
ਜੀਵ ਨੂੰ ਪਰਮੇਸ਼ਰ ਦਾ ਰੂਪ ਹੀ ਬਣਾ ਦਿੰਦੇ ਹਨ। ਜਿਹੜੇ ਬੜੇ ਬੜੇ ਚੋਰ ਤੇ ਡਾਕੂ ਸਨ, ਜਿਵੇਂ ਭਾਈ ਵਿਧੀ ਚੰਦ ਜੀ ਨੂੰ ਚੋਰੀਆਂ ਛਡਾ ਕੇ ਉੱਚੇ ਸੁੱਚੇ ਜੀਵਨ ਮੁਕਤੀ ਵਾਲੇ ਬਣਾ ਦਿੱਤਾ। ਜਿਵੇਂ ਦਿਓ ਨਗਰ ਵਿੱਚ ਇੱਕ ਸੁੰਦਰ ਸ਼ਬਕੀਰ ਸੀ, ਉਹ ਭਾਈ ਵਿਧੀ ਚੰਦ ਜੀ ਨੂੰ ਸ਼ੇਰ ਬਣਾ ਕੇ ਡਰਾਉਣ ਲੱਗਿਆ। ਭਾਈ ਵਿਧੀ ਚੰਦ ਜੀ ਨੇ ਸਗੋਂ ਸ਼ੇਰ ਵੱਲ ਨਜ਼ਰ ਕਰੀ ਤਾਂ ਸ਼ੇਰ ਬਿੱਲੀ ਵਾਂਗੂ ਸਹਿਮ ਕੇ ਜੜ ਹੋ ਗਿਆ। ਸੁੰਦਰ ਸ਼ਾਹ ਫਕੀਰ ਭਾਈ ਸਾਹਿਬ ਜੀ ਦੇ ਪੈਰੀਂ ਪੈ ਗਿਆ। ਉਸ ਵੇਲੇ ਸੁੰਦਰ ਸ਼ਾਹ ਦੀ ਵੀ ਕਲਿਆਣ ਕਰ ਦਿੱਤੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਾਰਸ ਦੇ ਪਰਸਨ ਤੋਂ ਉੱਚਾ ਬਣਾ ਦਿੰਦੇ ਹਨ, ਪਰਾਰੂਪ ਪ੍ਰਾਪਤੀ ਵਾਲੇ ਬਣਾ ਦਿੰਦੇ ਹਨ। ਗੁਰਦੇਵ ਤੀਰਥ, ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਗੁਰੂ ਨਾਨਕ ਦੇਵ ਜੀ ਤੀਰਥਨ ਭਾਵ ਸਤਿਗੁਰੂ ਜੀ ਸਾਰਿਆਂ ਤੋਂ ਸ੍ਰੇਸ਼ਟ ਅੰਮ੍ਰਿਤ ਨਾਮ ਦੇ ਤਲਾ ਲਵਾ ਲਵ ਭਰੇ ਹੋਏ ਹਨ। ਅੰਮ੍ਰਿਤ ਰੂਪ ਗਿਆਨ ਰੂਪੀ ਪਵਿੱਤਰ ਤੀਰਥ ਹਨ। ਜੇ ਕੋਈ ਕਹੇ ਕਿ ਗੁਰੂ ਜੀ ਤੀਰਥ ਹਨ, ਅੰਮ੍ਰਿਤ ਦੇ ਸਰੋਵਰ ਹਨ, ਤਾਂ ਸਰੋਵਰਾਂ ਵਿੱਚ ਇਸ਼ਨਾਨ ਕਰੀਦਾ ਹੈ। ਇੱਥੇ ਕਿਹੜਾ ਇਸ਼ਨਾਨ ਕਰਨਾ? ਗੁਰੂ ਸਾਹਿਬ ਜੀ ਜੋ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਹਨ, ਇਹ ਹੀ ਸਰੋਵਰ ਦੇ ਜਲ ਦੀ ਨਿਆਈ ਹਨ ਅਤੇ ਸੰਗਤ ਰੂਪ ਸਰੋਵਰ ਦੇ ਕਿਨਾਰੇ 'ਤੇ ਸ਼ਰਧਾ ਰੂਪ ਪੌੜੀਆਂ ਦੁਆਰਾ ਉਤਰ ਕੇ ਉਪਦੇਸ਼ ਵਿੱਚ ਮਨ ਦਾ ਖੂਬ ਜਾਣਾ ਹੀ ਟੁੱਬੀ ਮਾਰ ਕੇ ਇਸ਼ਨਾਨ ਹੈ। ਦ ਡਿਵਾਈਨ ਗੁਰੂ ਇਜ਼ ਸਕਰੈਡ ਸ਼ਰਾਈਨ ਆਫ ਪਿਲਗ੍ਰੀਮੇਜ ਐਂਡ ਦ ਪੂਲ ਆਫ ਡਿਵਾਈਨ ਨੈਕਟਰ bathing in the guru's wisdom, one experiences the infinite. Gurdev karta sab paap harta, Gurdev patet pavit kara. Brahm roop karke Guru Nanak Dev ji sare jagat nu paida karan wale han ate naam updesh dwara saryan de paapan nu ਮਿਟਣ ਵਾਲੇ ਹਨ, ਭਾਵ ਮੁਕਤੀ ਕਰਨ ਵਾਲੇ ਹਨ ਅਤੇ ਗੁਰੂ ਨਾਨਕ ਦੇਵ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਨ। ਜੈਸਾ ਕਿ 406 ਨੰਬਰ ਅੰਗ 'ਤੇ ਜਨਮ ਪਵੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ, ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ। The Divine Guru is the creator and the destroyer of all sins. The Divine Guru is the purifier of sinners. Gurudev ad jugad jug jug, Gurudev mant har jap udra. Parameshwar da roop hon karke Shri Guru Nanak Dev ji ad ਜੁਗਾਦ ਸਦਾ ਸਦਾ ਹੀ ਅਤੇ ਹੁਣ ਯੁੱਗਾਂ ਯੁੱਗਾਂ ਵਿੱਚ ਵੀ ਹਨ ਅਤੇ ਅੱਗੇ ਵੀ ਹੋਣਗੇ। ਜੋ ਚਾਰ ਸਾਧਨਾ ਵਿਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ ਦੇ ਸਹਿਤ ਹੋ ਜਾਂਦਾ ਹੈ ਉਸਨੂੰ ਸਰਵਣ ਮੰਨਣ ਅਧਿਆਸਨ ਤੱਤ ਤੂੰ ਦੇ ਸੰਸ਼ੋਧਨ ਦਾ ਗਿਆਨ ਕਰਾ ਦਿੰਦੇ ਹਨ ਅਤੇ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਜਗਤ ਦੀ ਰਚਨਾ ਕੀਤੀ ਉਦੋਂ ਮੁੱਢ ਵਿੱਚ ਸਨ ਅਤੇ ਜਦੋਂ ਈਸ਼ਰਾਂ ਅਤੇ ਜੀਵਾਂ ਦਾ ਭੇਦ ਹੋ ਗਿਆ ਉਹਨਾਂ ਦੇ ਵੀ ਆਦ ਵਿੱਚ ਸੀ ਜਗ। ਜੀਵ ਅਤੇ ਈਸ਼ਾ ਦੇ ਚਾਰ ਯੁੱਗ ਬਣ ਗਏ, ਚਾਰ ਖਾਣੀਆਂ, ਚਾਰ ਸਾਧਨਾ ਵਾਲੇ ਸੰਨਿਆਸੀ ਬ੍ਰਹਮਚਾਰੀ ਬਣ ਗਏ ਜੋ ਪਰਮੇਸ਼ਰ ਯੁੱਗਾਂ ਯੁੱਗਾਂ ਵਿੱਚ ਜੁੜਿਆ ਹੈ ਉਸ ਵਿੱਚ ਗੁਰੂ ਨਾਨਕ ਦੇਵ ਜੋੜਨ ਵਾਲੇ ਹਨ।
ਗੁਰੂ ਨਾਨਕ ਦੇਵ ਜੀ ਦਾ ਵਾਹਿਗੁਰੂ ਗੁਰਮੰਤਰ ਹੈ, ਜਿਹੜੇ ਜਪਦੇ ਹਨ ਉਹਨਾਂ ਦਾ ਉਧਾਰ ਆਪ ਕਰਦੇ ਹਨ। ਗੁਰੂ ਸਾਹਿਬ ਜੀ ਨਾਮ ਰੂਪੀ ਅੰਮ੍ਰਿਤ ਦੇ ਕੇ ਉਧਾਰ ਕਰਦੇ ਹਨ। ਦ ਡਿਵਾਈਨ ਗੁਰੂ ਇਜ਼ ਐਕਸਾਈਟਡ ਇਨ ਦ ਵੈਰੀ ਬਿਗਨਿੰਗ ਥਰੂ ਆਊਟ ਦ ਏਜਿਸ ਇਨ ਈਚ ਐਂਡ ਐਵਰੀ ਏਜ ਦ ਡਿਵਾਈਨ ਗੁਰੂ ਇਜ਼ ਦ ਮੰਤਰ ਆਫ ਦ ਲਾਰਡਸ ਨੇਮ ਚੈਂਟਿੰਗ ਇਟ ਵਨ ਇਜ਼ ਸੇਵਡ। ਗੁਰਦੇਵ ਸੰਗਤ ਪ੍ਰਭ ਮੇਲ ਕਰਿ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰਾਹੇ। ਹਰੀ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਨਾਲ ਮੇਲਣਾ ਕਰੋ। ਅਸੀਂ ਮੂਰਖ ਪਾਪੀ ਜਿਸ ਗੁਰੂ ਸਾਹਿਬ ਜੀ ਦੇ ਚਰਨੀ ਲੱਗ ਕੇ ਤਰ ਜਾਈਏ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਨਮਸਕਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਦੇਵ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਦੇ ਰੂਪ ਹਨ। ਗੁਰੂ ਨਾਨਕ ਦੇਵ ਜੀ ਹਰੀ ਸਰੂਪ ਨੂੰ ਸਾਡੀ ਨਿਮਰਤਾ ਸਹਿਤ ਵੰਦਨਾ ਹੈ। ਜਿਸ ਕੇ ਹਰ ਗੁਰਮੂਰਤ ਏਕੈ ਵਰਤੈ ਨਾਨਕ ਹਰਿ ਗੁਰ ਪਾਇਆ ਮਾਰੂ ਸੋਹਲੇ। ਪਹਿਲੇ ਪਾਤਸ਼ਾਹ ਜੀ ਪ੍ਰਮਾਣ ਬਖਸ਼ਦੇ ਸਨ। ਇਹੋ ਸਲੋਕ ਆਦਿ ਅੰਤ ਪੜ੍ਹਨਾ ਗੁਰੂ ਸਾਹਿਬ ਜੀ ਦਾ ਸਲੋਕ ਹੁਕਮ ਹੈ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਇਹ ਸਲੋਕ ਸ਼ੁਰੂ ਅਤੇ ਸਮਾਪਤੀ ਵੇਲੇ ਪੜ੍ਹਨਾ। ਜੈਸਾ ਕਿ ਆਦਿ ਅੰਤ ਜੋ ਕਹਾ ਸਲੋਕ ਗੁਰ ਮਹਿਮਾ ਕਹਿ ਦਹੁ ਸਲੋਕ ਆਦਿ ਅੰਤ ਗੁਰ ਏਕ ਸਮਾਨਾ ਜਿਹੇ ਆਸਿਰਤ ਜਗ ਸਿੰਧ ਤਰਨਾ। ਗੁਰਬਿਲਾਸ ਪਾਤਸ਼ਾਹ ਛੇਵੀਂ ਅਧਿਆਇ ਚਾਰ ਦੇ ਵਿੱਚ ਇਹ ਪ੍ਰਮਾਣ ਬਖਸ਼ਦੇ ਸਨ। ਅਰਥਾਤ ਇਸ ਨੂੰ ਵਾਧੂ ਜਾਣ ਕੇ ਛੱਡਣਾ ਨਹੀਂ। ਕਈ ਸ਼ੰਕਾਵਾਦੀ ਕਹਿੰਦੇ ਹਨ ਕਿ ਸ਼ਬਦ ਗਲਤੀ ਨਾਲ ਵਾਧੂ ਲਿਖਿਆ ਹੋਇਆ ਹੈ, ਇਹ ਵਿਚਾਰ ਠੀਕ ਨਹੀਂ। ਜਿਵੇਂ ਗਹਿਣੇ ਰੱਖਣ ਲਈ ਡੱਬਾ ਹੁੰਦਾ ਹੈ, ਉਸਦੇ ਢੱਕਣ ਲਈ ਦੋ ਢੱਕਣ ਹੁੰਦੇ ਹਨ, ਇਸ ਬਾਵਨ ਅੱਖਰੀ ਬਾਣੀ ਵਿੱਚ ਆਦਿ ਦੇ ਅੰਤ ਵਾਲੇ ਦੋ ਢੱਕਣ ਹਨ। ਜਿਵੇਂ ਲੱਕੜ ਦੇ ਡੱਬੇ ਨੂੰ ਢੱਕਣ ਦੀ ਢੱਕਣ ਵੀ ਲੱਕੜ ਦੇ ਹੁੰਦੇ ਹਨ, ਇਸੇ ਕਰਕੇ ਬਾਣੀ ਦੇ ਆਰੰਭ ਅਤੇ ਅੰਤ ਵਿੱਚ ਇੱਕੋ ਤਰ੍ਹਾਂ ਦਾ ਸ਼ਬਦ ਕਥਨ ਕੀਤਾ ਹੈ। ਵਿੱਚ ਦੀ ਬਾਣੀ ਰੂਪ ਹੀਰੇ ਮੋਤੀ ਜਵਰਾਹਾ ਜਵਾਹਰਾ ਮਾਣਕ ਹਨ। ਭਾਵ ਇਸ ਬਾਣੀ ਵਿੱਚ ਭਗਤੀ ਰੂਪ ਮਣੀਆਂ, ਕਰੁਣਾ ਮੁਦਤਾ ਰੂਪ ਮੋਤੀ, ਪ੍ਰੇਮ ਰੂਪੀ ਲਾਲ, ਵੈਰਾਗ ਰੂਪੀ ਰਤਨ ਅਤੇ ਗਿਆਨ ਰੂਪੀ ਜਵਾਹਰਾਤ ਹਨ। ਬ੍ਰਹਮ ਵਿੱਦਿਆ ਰੂਪ ਗਹਿਣੇ ਰੱਖੇ ਹੋਏ ਹਨ। ਇਹ ਬ੍ਰਹਮ ਵਿੱਦਿਆ ਰੂਪੀ ਗਹਿਣਾ ਮਾਤਾ ਗੰਗਾ ਜੀ ਨੂੰ ਬਖਸ਼ ਕੇ ਸਾਰੀਆਂ ਸੰਗਤਾਂ ਵੀ ਇਹਨਾਂ ਤ੍ਰੀਵ ਗਹਿਣਿਆਂ ਦਾ ਉਪਦੇਸ਼ ਬਖਸ਼ੇ। ਬਾਵਨ ਅੱਖਰੀ ਨਾਮ ਬਾਣੀ ਮਾਲਾ ਰੂਪ ਹੈ। ਜਿਵੇਂ ਮਾਲਾ 108 ਮਣਕਿਆਂ ਦੀ ਹੁੰਦੀ ਹੈ, ਉਸੇ ਤਰ੍ਹਾਂ ਇਸ ਬਾਵਨ ਅੱਖਰੀ ਦੇ 108 ਸਲੋਕ ਹਨ। ਜੇ ਕੋਈ ਸ਼ੰਕਾ ਕਰੇ ਕਿ ਅਖੀਰਲੇ ਸਲੋਕ ਦੇ ਅੰਤ ਵਿੱਚ ਤਾਂ 55 ਅੰਕ ਆਉਂਦਾ ਹੈ, ਫਿਰ 108 ਕਿਸ ਤਰ੍ਹਾਂ ਹੋਏ? ਇਸ ਬਾਣੀ ਵਿੱਚ ਓਂ ਸਾਧ ਸਤਿਗੁਰ ਨਮਸਕਾਰ ਵਾਲਾ ਸਲੋਕ ਮੰਗਲ ਰੂਪ ਹੈ, ਇਸ ਨੂੰ ਮੇਰੂ ਮਾਣਕਾ ਰੂਪ ਸਮਝਣਾ ਕਰੋ। ਇਸ ਸਲੋਕ ਨੂੰ ਜੇ 55 ਸਲੋਕਾਂ ਵਿੱਚੋਂ ਘਟਾ ਦਈਏ ਤਾਂ ਬਾਕੀ 54 ਪੌੜੀਆਂ ਮਿਲ ਕੇ 108 ਮਣਕਿਆਂ ਦੀ ਮਾਲਾ ਬਣ ਜਾਂਦੀ ਹੈ। ਮੇਰੂ ਮਾਣਕਾ ਮਾਲਾ ਦੇ 108 ਮਣਕਿਆਂ ਨਾਲੋਂ ਅਲੱਗ ਹੁੰਦਾ। ਗੁਰੂ ਸਾਹਿਬ ਜੀ ਦੇ ਹਰ ਗੁਰਸਿੱਖ ਨੂੰ ਹੁਕਮ ਹੈ ਇਸ ਮਾਲਾ ਨੂੰ ਰੋਜ਼ਾਨਾ ਇੱਕ ਪਾਠ ਬਾਵਨ ਅੱਖਰੀ ਦਾ ਕਰੇ। ਜੋ ਜੀਵ ਇਹ ਹਰ ਰੋਜ਼ ਇੱਕ ਪਾਠ ਕਰੇਗਾ ਉਸਦਾ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੋਵੇਗਾ। ਪੰਡਿਤ ਨੇ 52 ਅੱਖਰਾਂ ਦੇ ਸਿਧਾਂਤ ਪੁੱਛਿਆ ਸੀ ਕਿ ਕੀ ਹੈ, ਉਸਦਾ ਉੱਤਰ ਗੁਰੂ ਸਾਹਿਬ ਜੀ ਨੇ ਉਪਦੇਸ਼ ਰੂਪ ਵਿੱਚ ਦਿੱਤਾ। ਸਾਰੀ ਬਾਵਨ ਅੱਖਰੀ ਦੇ 55 ਸਲੋਕ ਹਨ, ਉਹਨਾਂ ਵਿੱਚੋਂ 3 ਸਲੋਕ ਮੰਗਲ ਰੂਪ ਹਨ।
ਓਂ ਸਾਧ ਸਤ ਗੁਰ ਨਮਸਕਾਰਿਆਂ। ਇਹ ਮੰਗਲ ਨਾਸ ਪ੍ਰਾਂਤੀ ਦੀ ਨਿਵਿਰਤੀ ਵਾਸਤੇ ਹੈ। ਡੰਡੌਤ ਵੰਦਨੇ ਅਨਕਿਵਾਰ ਸਰਬ ਕਲਾ ਸਮਰੱਥ। ਇਹ ਮੰਗਲ ਗ੍ਰੰਥ ਦੀ ਨਿਰਵਿਘਨ ਸਮਾਪਤੀ ਵਾਸਤੇ ਹੈ। ਹੇ ਚੁੱਤ ਹੇ ਪਾਰ ਬ੍ਰਹਮ ਵਿਨਾਸੀ ਅਗਨਾਸ਼ ਕ੍ਰਿਤ ਕਣ ਦੋਸ਼ ਕੀ ਨਿਵਿਰਤੀ ਵਾਸਤੇ ਹੈ। 55 ਸਲੋਕਾਂ ਵਿੱਚੋਂ ਜੇ 3 ਸਲੋਕ ਘਟਾ ਦੇ ਤਾਂ ਬਾਕੀ 52 ਰਹਿ ਜਾਂਦੇ ਹਨ। ਇਸ ਤਰ੍ਹਾਂ ਮਹਾਰਾਜ ਨੇ 52 ਅੱਖਰੀ ਨਾਮ ਬਾਣੀ ਰਚ ਕੇ ਉਸ ਪੰਡਿਤ ਨਾਲ ਚਰਚਾ ਰੂਪ ਅਤੇ ਮਾਤਾ ਜੀ ਨੂੰ ਸੁੱਚੇ ਹੀਰੇ ਮੋਤੀਆਂ ਦੀ ਮਾਲਾ ਭਾਵ ਬ੍ਰਹਮ ਵਿਦਿਆ ਰੂਪੀ ਬਾਣੀ ਅਰਪੀ ਹੈ, ਜਿਹੜੀ ਲੋਕ ਪ੍ਰਲੋਕ ਵਿੱਚ ਜੀਵਾਂ ਦੀ ਸਹਾਇਤਾ ਕਰਨ ਵਾਲੀ ਹੈ। ਇਸ ਪਾਵਨ ਬਾਣੀ ਦੇ ਮਹੱਤਵ ਵਿੱਚ ਸੰਪਰਦਾ ਦੇ ਮਹਾਂਪੁਰਖ ਗਿਆਨੀ ਇੱਕ ਸਾਖੀ ਸੁਣਾਇਆ ਕਰਦੇ ਸਨ। ਉਹ ਸਾਖੀ ਦਾ ਸਿਧਾਂਤ ਇੱਥੇ ਢੁਕਵਾਂ ਹੋਣ ਕਰਕੇ ਲਿਖਿਆ ਗਿਆ ਹੈ। ਉਂਝ ਤਾਂ ਗੁਰਬਾਣੀ ਦਾ ਸੰਪੂਰਨ ਮਹੱਤਵ ਗੁਰੂ ਸਾਹਿਬ ਜੀ ਹੀ ਜਾਣਦੇ ਹਨ। ਇਹ ਚਮੜੇ ਦੀ ਜੀਭਾ ਕਿਆ ਕਥਨ ਕਰੇਗੀ ਗੁਰੂਆਂ ਦੀ ਮਹਿਮਾ ਬਾਰੇ। ਇਹ ਤਾਂ ਵੱਡੇ ਵੱਡੇ ਰਿਸ਼ੀ ਨਹੀਂ ਕਰ ਸਕੇ ਇਹਨਾਂ ਦੀ, ਅਤੇ ਆਪਣੀ ਇਹ ਚਮੜੇ ਦੀ ਜੀਭਾ ਕਿਆ ਇਹਨਾਂ ਦੀ ਕੀ ਜਾਣਦੀ ਹੈ ਇਹਨਾਂ ਬਾਰੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਪਾਠ ਅਤੇ ਵਿਆਖਿਆ ਦੇ ਅਨੰਤ ਕ੍ਰਿਸ਼ਮੇ ਜੱਗ ਪ੍ਰਸਿੱਧ ਹਨ। ਜਿੱਥੇ ਸੰਪੂਰਨ ਬਾਣੀ ਦੇ ਕ੍ਰਿਸ਼ਮਿਆਂ ਦੀ ਗੱਲ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਆਂ ਦੇ ਮਹੱਤਵ ਦੀਆਂ ਪ੍ਰਸਿੱਧ ਸਾਖੀਆਂ ਹਨ। ਉਹਨਾਂ ਵਿੱਚੋਂ ਹੀ 52 ਅੱਖਰੀ ਬਾਣੀ ਦੀ ਇੱਕ ਸਾਖੀ ਹੈ, ਜੋ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਦੀਆਂ ਅਖੀਰਲੀਆਂ 27 ਅਤੇ 28 ਕਥਾਵਾਂ ਵਿੱਚ ਟੂਕ ਮਾਤਰ ਕਥਨ ਕੀਤੀ ਹੈ। 27-28 ਕਥਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਸੀ। ਬਹੁਤ ਗਿਆਨਵਾਨ ਮਹਾਂਪੁਰਸ਼ ਸਨ ਗਿਆਨੀ ਗੁਰਬਚਨ ਸਿੰਘ ਜੀ। ਉਦਾਸੀਨ ਭੇਖ ਦੇ ਇੱਕ ਜਪੀ ਤਪੀ ਮਹਾਂਪੁਰਖ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਅਥਾਹ ਸ਼ਰਧਾ ਰੱਖਦੇ ਸਨ, ਜਿਨ੍ਹਾਂ ਦਾ ਨਾਮ ਭਗਤ ਰਾਮ ਦਿੱਤਾ ਸੀ। ਉਹਨਾਂ ਦੇ ਪਾਸ ਇੱਕ ਕੋਹੜੀ ਆਇਆ ਜਿਸਦੇ ਜਿਸਮ 'ਤੇ ਸਾਰੇ ਕੋਹੜ ਫੁੱਟ ਚੁੱਕਾ ਸੀ ਅਤੇ ਕੋਹੜੀ ਜਾਣ ਕੇ ਕੋਈ ਨੇੜੇ ਨਹੀਂ ਸੀ ਬੈਠਣ ਦਿੰਦਾ। ਉਹ ਮਹਾਤਮਾ ਕੋਲ ਆ ਕੇ ਬੇਬਲ ਹੋ ਕੇ ਬੇਨਤੀ ਕਰਨ ਲੱਗਾ ਕਿ ਮਹਾਤਮਾ ਜੀ, ਮੇਰੇ ਗਰੀਬ 'ਤੇ ਦਇਆ ਕਰੋ। ਮੈਂ ਸੁਣਿਆ ਕਿ ਮਹਾਂਪੁਰਸ਼ਾਂ ਕੋਲ ਕੋਹੜ ਹਟਾਉਣ ਤੱਕ ਦੀਆਂ ਦਵਾਈਆਂ ਹੁੰਦੀਆਂ ਹਨ, ਆਪ ਮੈਨੂੰ ਦੇ ਅਰੋਗਤਾ ਦਾ ਦਾਨ ਬਖਸ਼ੋ। ਵਿਚਾਰਾ ਗਰੀਬ ਆ ਕੇ ਬੇਨਤੀ ਕਰਦੇ ਮਹਾਂਪੁਰਖਾਂ ਨੇ ਆਪਣੇ ਦਿਆਲੂ ਸੁਭਾਅ ਅਨੁਸਾਰ ਉਸਨੂੰ ਧੀਰ ਦਿੰਦੇ ਕਿਉਂਕਿ ਭਾਈ, ਕੋਹੜ ਹਟਾਉਣ ਦੀ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਹੈ। ਮੈਂ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਨ ਵਾਲਾ ਹਾਂ, ਕੋਹੜ ਤਾਂ ਬਾਣੀ ਦੀ ਸ਼ਕਤੀ ਨੇ ਹਟਾਉਣਾ ਹੈ, ਪਰ ਜੇ ਗੁਰਬਾਣੀ 'ਤੇ ਨਿਸ਼ਚਾ ਕਰੇਗਾ ਤਾਂ ਕੋਹੜ ਜ਼ਰੂਰ ਹਟ ਜਾਵੇਗਾ। ਉਸ ਪ੍ਰੇਮੀ ਨੇ ਪੂਰਨ ਨਿਸ਼ਚਾ ਕੀਤਾ। ਮਹਾਂਪੁਰਖਾਂ ਨੇ ਅਰਦਾਸ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ 52 ਅੱਖਰੀ ਬਾਣੀ। ਇੱਕ ਪਾਠ ਹਰ ਰੋਜ਼ ਸੁਣਾਉਣਾ ਅਤੇ ਲੜੀਵਾਰ ਕਥਾ ਸੁਣਾਉਣੀ ਆਰੰਭ ਕਰ ਦਿੱਤੀ। ਉਹ ਪ੍ਰੇਮੀ ਵੀ ਸ਼ਰਧਾ ਸਹਿਤ ਸੁਣਦਾ ਰਿਹਾ। 21ਵੇਂ ਦਿਨ ਜਦੋਂ ਕਥਾ ਦੀ ਸਮਾਪਤੀ ਕੀਤੀ ਤਾਂ ਉਸਦੀ ਦੇਹੀ ਕੰਚਨ ਵਰਗੀ ਹੋ ਕੇ ਕੋਹੜ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਇਸ ਕਰਕੇ ਇਸ ਬਾਣੀ ਦੇ ਮਹੱਤਵ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਇਸਦਾ ਕਿਤਨਾ ਕੁ ਮਹੱਤਵ ਅਤੇ ਕੀ ਫਲ ਬਾਣੀ ਦੇ ਸਕਦੀ ਹੈ। ਗੌੜੀ 52 ਅੱਖਰੀ ਸਮਾਪਤੀ, ਇੱਥੇ 52 ਅੱਖਰੀ ਬਾਣੀ ਦੀ ਸਮਾਪਤੀ ਹੁੰਦੀ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਕੁਝ ਵਿਚਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਰੀ ਹੀ ਕਲਿਆਣਕਾਰੀ ਹੈ। ਅੱਖਰ ਅੱਖਰ ਨਾਮ ਸਰੂਪ ਹੈ, ਪ੍ਰੇਮਾ ਭਗਤੀ ਨਾਲ ਸਮਿਲਿਤ। ਪਰ ਫਿਰ ਵੀ ਕੁਝ ਬਾਣੀਆਂ ਵਿਸ਼ੇਸ਼ ਕਰਕੇ ਸਿੱਖ ਜਗਤ ਵਿੱਚ ਵੱਖਰੀ ਪਹਿਚਾਣ ਰੱਖਦੀਆਂ ਹਨ। ਜੈਸਾ ਜਪ ਜੀ ਸਾਹਿਬ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਉਸਦਾ ਮਹਾਤਮ ਅਤੇ ਮਹੱਤਤਾ ਇੱਕ ਆਪਣਾ ਸਥਾਨ ਰੱਖਦੀ ਹੈ। ਇਸੇ ਤਰ੍ਹਾਂ
ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਪ੍ਰੇਮੀਆਂ ਵਿੱਚ ਇਸਦਾ ਇੱਕ ਵਿਸ਼ੇਸ਼ ਸਥਾਨ ਹੈ। ਇਹੀ ਇੱਕ ਬਾਣੀ ਐਸੀ ਹੈ ਜਿਸਦੇ ਨਾਂ 'ਤੇ ਸਿੱਖ ਜਗਤ ਦੀਆਂ ਬੇਅੰਤ ਸੁਸਾਇਟੀਆਂ ਸ਼ਹਿਰਾਂ ਕਸਬਿਆਂ ਪਿੰਡਾਂ ਅਤੇ ਦੇਸਾਂ ਪ੍ਰਦੇਸਾਂ ਵਿੱਚ ਬਣੀਆਂ ਹੋਈਆਂ ਹਨ, ਜਿਨ੍ਹਾਂ ਦਾ ਨਾਮ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਰਕੇ ਪ੍ਰਸਿੱਧ ਹੈ। ਅੱਜ ਕੱਲ੍ਹ ਤਾਂ ਆਪਾਂ ਆਮ ਦੇਖਦੇ ਹਾਂ ਬੱਸਾਂ 'ਤੇ ਵੀ ਸੁਖਮਨੀ ਬੱਸ ਲਿਖਿਆ ਹੁੰਦਾ, ਜਿਵੇਂ ਆਪਾਂ ਆਮ ਹੀ ਪੜ੍ਹਦੇ 'ਚ ਮਿੰਨੀਆਂ ਬੱਸਾਂ ਆਪਾਂ ਕਹਿ ਦਿੰਦੇ ਹਾਂ, ਜਿਨ੍ਹਾਂ ਦਾ ਨਾਮ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਰਕੇ ਪ੍ਰਸਿੱਧ ਹੈ। ਗੁਰੂ ਕਾਲ ਤੋਂ ਲੈ ਕੇ ਪੁਰਾਤਨ ਅਤੇ ਵਰਤਮਾਨ ਸਮੇਂ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਵਿਸ਼ੇਸ਼ ਕਰਕੇ ਆਪਣੇ ਜੀਵਨ ਦਾ ਅੰਗ ਸਮਝਦੇ ਆਏ ਹਨ। ਇਹ ਇੱਕ ਪਹਿਲੀ ਬਾਣੀ ਹੋਵੇਗੀ ਜਿਸ ਬਾਣੀ ਦਾ ਮਹੱਤਵ ਇਸੇ ਬਾਣੀ ਵਿੱਚ ਲਿਖਿਆ ਮਿਲਦਾ ਹੈ। ਜਦੋਂ ਕੋਈ ਧਿਆਨ ਨਾਲ 24ਵੀਂ ਅਸ਼ਟਪਦੀ ਪੜ੍ਹੇਗਾ ਤਾਂ ਉਹ ਸਾਰੀ ਅਸ਼ਟਪਦੀ ਵਿੱਚ ਬੇਅੰਤੀ ਮਹੱਤਵ ਲਿਖਿਆ ਹੋਇਆ ਹੈ, ਪਰ ਅਸ਼ਟਪਦੀ ਦੇ 6ਵੀਂ ਪੌੜੀ ਵਿੱਚ 21ਵਾਂ ਫਲ ਸੁਖਮਨੀ ਸਾਹਿਬ ਦੇ ਪੜ੍ਹਨ ਵਾਲੇ ਨੂੰ ਪ੍ਰਾਪਤ ਹੋਣੇ ਲਿਖੇ ਹਨ, ਜਿਸਦਾ ਸਾਰਾ ਵੇਰਵਾ 24ਵੀਂ ਅਸ਼ਟਪਦੀ ਤੋਂ ਬਾਅਦ ਵਿੱਚ ਦਿੱਤਾ ਜਾਵੇਗਾ। ਹੁਣ ਅੱਜ ਆਪਾਂ 262 ਨੰਬਰ ਅੰਗ ਤੋਂ ਗਾਉੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਦਿਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ 1660 ਬਿਕਰਮੀ ਸੰਮਤ ਰਾਮਸਰ ਸਰੋਵਰ ਦੇ ਕਿਨਾਰੇ ਜੋ ਹਰਿਮੰਦਰ ਸਾਹਿਬ ਤੋਂ ਪੂਰਬ ਵਾਲੇ ਪਾਸੇ ਜਿੱਥੇ ਸੰਨ ਵਿੱਚ ਬੇਰ ਸਾਹਿਬ ਹੈ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਦੇ ਸਨ। ਉਸ ਦਿਨ ਵੀ ਇਸ਼ਨਾਨ ਕੀਤਾ ਅਤੇ ਸਮਾਧੀ ਵਿੱਚ ਲੀਨ ਹੋ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਜੀਵਨ ਮੁਕਤ ਗੁਰਸਿੱਖ ਸਤਿਗੁਰਾਂ ਤੋਂ ਪੁੱਛਦੇ ਹਨ, ਸਤਿਗੁਰਾਂ ਦੇ ਹੇਠਾਂ ਬੈਠੇ ਸਨ ਤਾਂ ਇਹਨਾਂ ਗੁਰਸਿੱਖਾਂ ਨੇ, ਜਿਨ੍ਹਾਂ ਦੇ ਵਿੱਚ ਮੁੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਸਨ, ਇਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਸੰਸਾਰ ਨੂੰ ਤਾਰਨ ਵਾਸਤੇ ਨਾਮ ਦਾ ਜਹਾਜ਼ ਤਿਆਰ ਕਰ ਰਹੇ ਹੋ, ਸੰਗਤਾਂ ਵੱਲੋਂ ਇੱਕ ਬੇਨਤੀ ਹੈ ਕਿ 8 ਪਹਿਰ ਕੋਈ ਵਿਰਲਾ ਗੁਰਮੁਖ ਨਾਮ ਦਾ ਜਹਾਜ਼ ਬਣਾਵੇ, ਜਿਸਦੀ ਨਾਮ ਧੁਨ ਚੱਲਦੀ ਹੋਵੇਗੀ, ਉਹ 8 ਪਹਿਰ ਕੋਈ ਵਿਰਲਾ ਗੁਰਮੁਖ ਹੋਵੇਗਾ। ਅਤੇ ਸਾਰੇ ਗੁਰਸਿੱਖ ਚਾਹੁੰਦੇ ਹਨ ਕਿ 8 ਪਹਿਰ ਦੇ ਸਵਾਸ ਨਾਮ ਜਪ ਕੇ ਸਫਲੇ ਕਰੀਏ, ਪਰ ਕਲਯੁੱਗ ਦਾ ਸਮਾਂ ਅਜਿਹੀ ਅਵਸਥਾ ਬਣਨੀ ਹਰ ਇੱਕ ਗੁਰਸਿੱਖ ਦੇ ਬਸ ਦੀ ਗੱਲ ਨਹੀਂ, ਜਿਸ 'ਤੇ ਆਪ ਜੀ ਦੀ ਵਿਸ਼ੇਸ਼ ਕਿਰਪਾ ਹੈ ਉਸੇ ਦੀ ਬਣ ਸਕਦੀ ਹੈ। ਸੰਗਤ ਦੀ ਇਹ ਅਰਦਾਸ, ਜਿਵੇਂ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ, ਹਿੰਦੂ ਮਤ ਵਾਲੇ ਉਸਦੇ ਪੜ੍ਹਨ ਵਿੱਚ ਕਲਿਆਣ ਸਮਝਦੇ ਹਨ, ਵਿਆਸ ਜੀ ਨੇ ਵੀ ਬੇਅੰਤ ਰਚਨਾ ਕੀਤੀ ਹੈ, ਸਨਾਤਨ ਮਤ ਵਾਲੇ ਉਸਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ, ਪਰ ਆਪ ਕਿਰਪਾ ਕਰਕੇ ਕੋਈ ਐਸੀ ਬਾਣੀ ਵਿਸ਼ੇਸ਼ ਕਰਕੇ ਰਚਨਾ ਕਰ ਦਿਓ ਜਿਸ ਦਾ ਇੱਕ ਪਾਠ ਕਰਨ ਨਾਲ 8 ਪਹਿਰ ਦੇ ਸਾਰੇ ਸਵਾਸ ਸਫਲੇ ਹੋ ਜਾਣ। ਤਾਂ ਸਤਿਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਮੰਨ ਕੇ ਸੰਪੂਰਨ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ ਅਤੇ ਬਚਨ ਕੀਤਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰੇਮ ਨਾਲ ਜੋ ਇਸ ਬਾਣੀ ਦਾ ਪਾਠ ਕਰੇਗਾ ਉਸਦੇ 8 ਪਹਿਰ ਸਵਾਸ ਸਫਲੇ ਹੋਣਗੇ ਅਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਵਿਰਤ ਹੋਣਗੇ। ਇਸਦੇ 24ਵੇਂ ਸਲੋਕ ਅਤੇ 24ਵੇਂ ਅਸ਼ਟਪਦੀ ਉਚਾਰਨ ਕੀਤੀਆਂ ਹਨ। ਇਸ ਬਾਣੀ ਦਾ 4 ਵਾਰੀ ਨਾਮ ਇਸੇ ਹੀ ਬਾਣੀ ਵਿੱਚ ਆਉਂਦਾ ਹੈ, ਜਿਵੇਂ ਕਿ ਪਹਿਲਾਂ ਤੋਂ ਸ਼ੁਰੂ ਵਿੱਚ ਗੌੜੀ ਸੁਖਮਨੀ ਮਹੱਲਾ ਪੰਜਵਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾ 262 ਨੰਬਰ ਅੰਗ 'ਤੇ ਇੱਥੇ ਸੁਖਮਨੀ ਸਾਹਿਬ ਦੂਜਾ ਹੋ ਗਿਆ ਹੈ। ਤੀਜਾ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਨਿਧਾਨ ਨੰਬਰ 295 'ਤੇ ਸਭ 'ਤੇ ਉੱਚਤਾ ਕੀ ਸੋਭਾ ਬਨੀ ਨਾਨਕੇ ਗੁਣ ਨਾਮ ਸੁਖਮਨੀ ਇਹ ਅੰਗ ਨੰਬਰ 296 'ਤੇ।
ਇਸ ਤਰ੍ਹਾਂ ਚਾਰ ਵਾਰ ਸੁਖਮਨੀ ਸਾਹਿਬ ਵਿੱਚ ਨਾਮ ਆਉਂਦਾ ਹੈ। ਗੌੜੀ ਰਾਗਣੀ ਅਤੇ ਸੁਖਮਨੀ ਬਾਣੀ ਦਾ ਨਾਮ ਹੈ। ਸੁੱਖਾਂ ਦੀ ਮਣੀ ਭਾਵ ਮਨ ਨੂੰ ਸੁੱਖ ਦੇਣ ਵਾਲੀ ਜਿਵੇਂ ਚੰਦਰ ਕਾਤਾ ਮਣੀ ਹੁੰਦੀ ਹੈ। ਸੱਪ ਉਸ ਨੂੰ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੇ ਸਾਹਮਣੇ ਰੱਖ ਲੈਂਦਾ ਹੈ। ਚੰਦਰਮਾ ਦੀਆਂ ਕਿਰਨਾਂ ਦੁਆਰਾ ਉਸ ਵਿੱਚੋਂ ਅੰਮ੍ਰਿਤ ਸਿਮਣ ਲੱਗ ਜਾਂਦਾ ਹੈ, ਜਿਸ ਨੂੰ ਚੱਖ ਕੇ ਇੱਕ ਮਣੀ ਦੀ ਨਿਆਈ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵੈਰਾਗ ਦਾ ਚੰਦਰਮਾ ਚੜ੍ਹਿਆ ਹੈ, ਜਦੋਂ ਹਿਰਦੇ ਵਿੱਚ ਅੰਮ੍ਰਿਤ ਮਈ ਬਾਣੀ ਵਸੇਗੀ, ਇਸ 'ਚੋਂ ਆਨੰਦ ਰੂਪ ਰਸ ਨਿਕਲੇਗਾ ਜੋ ਸਾਡੇ ਭਗਤੀ ਰੂਪੀ ਖੰਡ ਪ੍ਰੇਮ ਰੂਪ ਘਿਓ ਗਿਆਨ ਰੂਪ ਮੈਦਾ ਪਾਇਆ ਹੋਇਆ। ਇਹ ਲੋਕ ਪ੍ਰਲੋਕ ਦਾ ਤੋਸਾ ਹੈ। ਮਨੀ ਨਾਮ ਪ੍ਰਛੱਤੀ ਦਾ ਵੀ ਹੈ। ਜਿਵੇਂ ਪ੍ਰਛੱਤੀ ਉੱਤੇ ਘਰ ਦੀਆਂ ਕੀਮਤੀ ਵਸਤੂਆਂ ਸੰਭਾਲ ਕੇ ਰੱਖੀ ਦੀਆਂ ਹਨ, ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੁੱਖਾਂ ਨੂੰ ਅੰਦਰ ਸਾਂਭ ਕੇ ਰੱਖਣ ਵਾਲੀ ਵਸੀ ਹੈ, ਉਹਨਾਂ ਨੂੰ ਸਾਰੇ ਸੁੱਖ ਦੇਣ ਵਾਲੀ ਭਾਵ ਸ਼੍ਰੋਮਣੀ ਸੁੱਖ ਦੇਣ ਵਾਲੀ ਹੈ। ਗੁਰੂ ਜੀ ਪੰਜਵੇਂ ਸਰੂਪ ਵਿੱਚ ਉਚਾਰਨ ਕਰਦੇ ਹਨ, ਆਦ ਗੁਰੇ ਨਮੈਂ, ਜੁਗਾਦ ਗੁਰੇ ਨਮੈਂ, ਸਤਿਗੁਰ ਏ ਨਮੈਂ, ਸ੍ਰੀ ਗੁਰਦੇਵ ਏ ਨਮੈਂ। ਇਸ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਇੱਥੋਂ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਹੈ। ਹੁਣ ਆਪਾਂ ਸੁਖਮਨੀ ਸਾਹਿਬ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਪ੍ਰਾਰੰਭ ਕਰਨੀ ਹੈ। ਸਾਰੀਆਂ ਸੰਗਤਾਂ ਕਥਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸੰਗਤਾਂ ਗੁਰਬਾਣੀਆਂ ਗੁਰਬਾਣੀ ਨਾਲ ਜੁੜ ਸਕਣ। ਜੀ ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਮੁਆਫ ਕਰਨੀਆਂ ਜੀ। ਸਿੱਖ ਯੂਐਸਏ ਕੈਨੇਡਾ ਟੀਵੀ ਚੈਨਲ ਦਾ ਧੰਨਵਾਦ ਹੈ। ਭਾਈ ਸਾਹਿਬ ਭਾਈ ਬਾਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪਵਨ ਢੱਕੀ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖ ਸੰਪਰਦਾਇ ਰਾੜਾ ਸਾਹਿਬ ਜੋ ਕਿ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਾਰੀਆਂ ਸੁਣਨ ਵਾਲੀਆਂ ਸੰਗਤਾਂ ਹੀ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਦੇ ਗਰੁੱਪਾਂ ਵਿੱਚ ਦਾਸ ਦੀ ਕਥਾ ਜਾਂਦੀ ਹੈ ਅਤੇ ਵੱਧ ਤੋਂ ਵੱਧ ਸੰਗਤਾਂ ਮਾਣ ਬਖਸ਼ਦੀਆਂ ਹਨ ਜੀ। ਬੁਲਾਓ ਫਤਿਹ, ਸਭ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।